ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਪੂਨੀਆ ਪਿੰਡ ਦੋਸਤੋ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਦਾ ਪਿੰਡ, ਬਿਲਕੁਲ ਨੇੜੇ ਕਰਿਆਲਾ ਪਿੰਡ, ਬਿਲਕੁਲ ਨਜ਼ਦੀਕ ਆ। ਅਤੇ ਵੀਰ ਭਿੰਦੇ ਦੇ ਕੋਲ ਆਏ ਹਾਂ ਦੋਸਤੋ। ਭਿੰਦੇ ਵੀਰ ਦਾ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ, ਇਸ ਘਰੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਦੋਸਤੋ, ਬਹੁਤ ਸਾਰੇ ਪਸ਼ੂ ਤੁਹਾਨੂੰ ਦਿਖਾਏ ਆ, ਚਾਹੇ ਮੱਝਾਂ ਚਾਹੇ ਵਿਹੜਾ ਹੋਣ, ਬਿਲਕੁਲ ਜ਼ਿਆਦਾ ਜਿਹੜਾ ਦੋਸਤੋ ਕਾਰੋਬਾਰ ਵੀਰ ਦਾ ਵਿਹੜਾਂ ਦੇ ਉੱਪਰ ਹੀ ਹੁੰਦਾ, ਜ਼ਿਆਦਾ ਪਸ਼ੂ ਜਿਹੜਾ ਵਿਹੜਾਂ ਹੀ ਆਉਂਦੀਆਂ ਨੇ ਇਸ ਕਰੇ। ਬਾਕੀ ਮੱਝਾਂ ਚੰਗੀਆਂ ਹੋਣ ਤਾਂ ਬਿਲਕੁਲ ਉਹ ਵੀ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ। ਇੱਕ ਦੋਸਤੋ ਬਹੁਤ ਸੋਹਣੀ ਮੱਝ ਤੁਹਾਨੂੰ ਦਿਖਾਉਣੀ ਆ, ਬਹੁਤ ਚੰਗੇ ਮਿਲਕ ਤੇ ਹੁਣ ਚੱਲਦੀ ਪਈ ਆ। ਇੱਕ ਵਾਰੀ ਵੀਰ ਨੇ ਦੱਸਿਆ ਤੇ ਭੁਲੇਖਾ ਲੱਗਾ ਸੀਗਾ, ਪਰ ਆਰਡਰ ਦੀ ਕੁਆਲਿਟੀ ਵੇਖ ਕੇ ਬਿਲਕੁਲ ਕਲੀਅਰ ਹੋ ਗਿਆ ਵੀ ਜਿੰਨੀ ਦੱਸੀ ਹੈ ਦੋਸਤੋ ਓਨੀ ਮਾਲਕ ਹੈਗੀ ਆ। ਬਹੁਤ ਸੋਹਣੇ ਰਿਕਾਰਡ 'ਤੇ ਆ ਦੋਸਤੋ, ਬਿਲਕੁਲ ਦੁੱਧ ਰਿਕਾਰਡ ਹੁਣ 16 ਕੁ ਕਿਲੋ ਦੇ ਨੀਅਰ ਬੋਰਡ ਜਿਹੜਾ ਹੁਣ 16 ਕਿਲੋ ਹਾਜ਼ਰ ਦੁੱਧ ਆ ਉਸ ਮੱਝ ਦਾ। ਸੋ ਪੂਰੀ ਗੱਲਬਾਤ ਆਪਾਂ ਵੀਰ ਭਿੰਦੇ ਦੇ ਨਾਲ ਕਰ ਲਾਂਗੇ। ਅਤੇ ਦੋ ਵਿਹੜਾਂ ਦਿਖਾਉਣੀਆਂ ਦੋਸਤੋ, ਤਾਜ਼ੀਆਂ ਸੂਈਆਂ ਨੇ, ਇੱਕ ਬਿਨ ਬੱਚਿਓ ਆ, ਠੀਕ ਆ ਜੀ। ਬੱਚਾ ਵੀ ਵੀਰਾਂ ਦਾ ਵੀ ਹੈਗਾ ਸੀਗਾ ਨਾਲ, ਉਹ ਮਰ ਗਿਆ ਬੱਚਾ, ਅਤੇ ਫਿਲਹਾਲ ਉਹਦੀ ਵੀਡੀਓ ਜਿਹੜੀ ਆ ਨਾਲ ਬੱਚੇ ਦੀ ਉਹ ਵੀਰ ਦੇ ਕੋਲ ਅਵੇਲੇਬਲ ਆ। ਕਿਸੇ ਵੀਰ ਨੇ ਜਿਹੜੇ ਵੀਰ ਨੇ ਖਰੀਦਣੀ ਆ, ਤਸੱਲੀ ਤੁਸੀਂ ਕਰ ਸਕਦੇ ਜੇ ਉਹ ਵੀਡੀਓ ਵੇਖ ਕੇ। ਅੱਜ ਦੋਸਤੋ 6 ਦਸੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਹਾਂ। ਸਮਾਂ ਕੋਈ ਮੋਰਨਿੰਗ ਦਾ ਟਾਈਮ ਤੁਸੀਂ ਨੋਟ ਕਰ ਲਓ ਜੀ, ਠੀਕ ਆ। ਅਤੇ ਮੋਰਨਿੰਗ ਦਾ ਟਾਈਮ ਜਿਹੜਾ ਦੋਸਤੋ ਬਿਲਕੁਲ 10 ਵਜੇ ਦਾ ਸਮਾਂ ਹੈ। ਇਹ ਵੀਡੀਓ ਦੋਸਤੋ ਆਪਾਂ 8 ਵਜੇ ਬਣਾਉਣੀ ਸੀ, ਠੀਕ ਆ ਜੀ। ਥੋੜ੍ਹਾ ਜਿਹਾ ਕੁਝ ਕੰਮ ਕਾਰ ਹੋਣ ਕਰਕੇ ਮੈਂ ਥੋੜ੍ਹਾ ਜਿਹਾ ਲੇਟ ਹੋ ਗਿਆ, ਅਤੇ ਪਸ਼ੂ ਜਿਹੜੇ ਡੱਕੇ ਸੀਗੇ, ਬਿਲਕੁਲ ਚਵਾਈ ਵਾਲੇ ਪਸ਼ੂ ਆ, ਡੱਕੇ ਸੀਗੇ ਵੀ 8 ਵਜੇ ਵੀਡੀਓ ਕਵਰੇਜ ਕਰਨੀ ਹੈ। ਇਸ ਕਰਕੇ 2 ਕੁ ਘੰਟੇ ਦਾ ਸਮਾਂ ਜਿਹੜਾ ਦੋਸਤੋ ਵਧੇਰੇ ਹੋ ਗਿਆ। ਬਾਕੀ ਦੁੱਧ ਉਸ ਹਿਸਾਬ ਨਾਲ ਤੁਸੀਂ ਨੋਟ ਕਰ ਲਓ, ਜਿਹੜਾ ਵੀਰ ਕੋਈ ਅੱਜ ਵੀਡੀਓ ਵੇਖ ਕੇ ਚਵਾਈ ਕਰਨ ਆ ਰਿਹਾ ਸ਼ਾਮ ਨੂੰ, ਤੁਸੀਂ ਟਾਈਮ ਜ਼ਰੂਰ ਮੇਰਾ ਵੀਰ ਨਿਗਾਹ ਦੇ ਵਿੱਚ ਰੱਖ ਕੇ, ਆਈਡੀਆ ਰੱਖ ਕੇ ਫਿਰ ਆਇਓ, ਠੀਕ ਆ। ਕਿਉਂਕਿ 10 ਕੁ ਵਜੇ ਦੇ ਨੇੜੇ ਤੇੜੇ ਜਿਹੜੀ ਇਹਨਾਂ ਦੀ ਅੱਜ ਚਵਾਈ ਹੋਣੀ ਆ। ਹੁਣ ਆਓ ਲੈਂਦੇ ਹਾਂ ਜਾਣਕਾਰੀ ਵੀਰ ਭਿੰਦੇ ਤੋਂ। ਸਭ ਤੋਂ ਪਹਿਲਾਂ ਵੀਰ ਭਿੰਦੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜ ਵੀਰ, ਸਾਰੇ ਵੀਰ ਭਰਾ ਨੂੰ, ਜਿਹੜੇ ਬੱਚੇ ਜਿਹੜੇ ਨੇ, ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਿੰਦੇ ਵੀਰ, ਹੋਰ ਜੋ ਆਪਣਾ ਭਾ ਕੀ ਹਾਲ ਨੇ? ਵਧੀਆ ਹੋਏ ਤੁਸੀਂ? ਮਰੀ ਜਾਂਦੇ ਸ਼ਾਰਾ ਐ, ਭਿੰਦੇ ਦੇ ਬਰਾਬਰ ਹੀ ਹੋ ਗਿਆ ਗੁਰੂਆ। ਪਿਛਲੇ ਸਾਲ ਥੋੜ੍ਹਾ ਛੋਟਾ ਸੀ ਅਜੇ ਭਿੰਦੇ, ਹੁਣ ਭਿੰਦੇ ਬਾਈ ਸਿਰ ਕੱਢ ਗਿਆ ਤੇਰੇ ਨਾਲ, ਠੀਕ ਆ। ਤੇ ਅੱਛਾ ਭਿੰਦੇ ਵੀਰ, ਪਸ਼ੂ ਆਉਂਦੇ ਰਹਿੰਦੇ ਹੁਣ ਡੇਲੀ ਰੂਟੀਨ 'ਚ ਆਇਆ ਕਰਨਗੇ ਅੱਗੇ? ਠੀਕ ਆ ਵੀਰ, ਆ ਬਿਲਕੁਲ ਬਿਲਕੁਲ ਪਸ਼ੂ ਆਏ ਸੀ, ਚਲੋ ਵੇਖੇ ਬਾਅਦ 'ਚ ਤੁਹਾਡੇ ਕੋਲ, ਠੀਕ ਆ ਜੀ। ਤੇ ਅੱਜ ਭਿੰਦੇ ਵੀਰ ਜਿੱਦਾਂ ਆਪਾਂ ਦੱਸਿਆ, 3 ਪਸ਼ੂ 2 ਵਿਹੜਾਂ ਤੇ ਇੱਕ ਮੱਝ, ਤੇ ਮੱਝ ਦਾ ਵੀ ਤੁਸੀਂ ਰਿਕਾਰਡ ਕਾਫੀ ਸੋਹਣਾ ਦੱਸ ਰਹੇ ਜੀ। ਹਾਂਜੀ ਵੀਰ ਜੀ, ਆਪਣੇ ਕੋਲ ਕੱਲ ਸ਼ਾਮੀ ਆਈ ਜੀ, ਤੁਹਾਨੂੰ ਫੋਨ ਕੀਤਾ ਹੈ। ਅੱਛਾ, ਬਾਕੀ 15 ਦਿਨਾਂ ਦੀ ਸੂਈ ਹੈ ਤੇ 16 ਕਿਲੋ ਲੀਟਰ ਮਾਰ ਕੇ ਕੋਈ ਜ਼ਬਾਨ ਵਾਲਾ ਦੁੱਧ ਨਹੀਂ। ਅੱਛਾ, ਆਪਦਾ ਬੰਦਾ ਕੰਡਾ ਘਰੋਂ ਲੈ ਗਿਆ ਤੇ 16 ਕਿਲੋ ਦੁੱਧ ਮਿਣ ਕੇ ਲੈ ਗਿਆ। ਇਦਾਂ ਕੋਈ ਖੜੂਗਾ ਤਾਂ 15 ਕਿਲੋ ਦੀ ਗਰੰਟੀ ਦੇ ਕੇ ਘੱਲਾਂਗੇ, ਠੀਕ ਆ ਜੀ। ਤੇ ਹੁਣ 15 ਦਿਨਾਂ ਦੀ ਸੂਈ ਅਜੇ ਮੈਲੇ ਤੋਂ ਚੱਲੀ ਆ। ਹਾਂਜੀ, ਕੋਈ 2-3 ਕਿਲੋ ਵਧਾਊਗੀ, 17-18 ਕਿਲੋ ਵਾਲੀ ਮੱਝ ਆ ਜੀ। ਤੇ ਦੂਸਰਾ ਸੂਆ ਸਹੀ ਹੈ ਜੀ। ਤੇ ਆਓ ਭਿੰਦੇ ਵੀਰ, ਪਹਿਲਾਂ ਆਪਾਂ ਵਿਹੜਾਂ ਦਿਖਾ ਦਈਏ, ਉਸ ਤੋਂ ਬਾਅਦ ਜਿਹੜੀ ਦੋਸਤੋ ਮੱਝ ਤੁਹਾਨੂੰ ਦਿਖਾਉਣੀ ਆ। ਸੋ ਐਂਡ ਤੱਕ ਵੀਡੀਓ ਨਾਲ ਜ਼ਰੂਰ ਜੁੜੇ ਰਹੋ। ਤੇ ਭਿੰਦੇ ਵੀਰ, ਪਹਿਲੇ ਨੰਬਰ 'ਤੇ ਜਿਹੜੀ ਆਪਣੇ ਕੋਲ ਇਹ ਵਿਹੜ ਆ, ਬੱਚੇ ਸਮੇਤ ਆ, ਜਿਹੜੀ ਬੱਚਾ ਹੈਗਾ ਜਿਹਦੇ ਮਗਰ, ਇਹਦਾ ਕੀ ਰਿਕਾਰਡ ਆ ਸੂਆ ਦੱਸ ਦਿਓ, ਤੇ ਦਿਨ ਕਿੰਨੇ ਕੁ ਹੋ ਗਏ ਸੂਈ ਨੂੰ? 15 ਕੁ ਦਿਨ। ਅੱਛਾ, ਬਾਕੀ ਹੁਣ ਇਹ ਥੱਲੇ ਨੈਟ ਜਿਹੜਾ ਤਿਆਰ 14 ਕਿਲੋ ਦੁੱਧ ਆ। 14? ਹਾਂਜੀ, ਤੁਹਾਨੂੰ ਆਖਿਆ ਨਾ 8 ਵਜੇ ਤੋਂ ਆਇਆ, ਤੁਸੀਂ ਕੋਈ ਨਹੀਂ ਡੱਕ ਰਹੇ, 8 ਵਜੇ ਆਏ, ਚਲੋ ਕੋਈ 2 ਘੰਟੇ। ਹਾਂ, ਲੇਟ ਹੋ ਗਏ ਜੀ। ਹਾਂ, ਲੇਟ ਹੋ ਗਏ ਆਪਾਂ। 14 ਕਿਲੋ ਠੰਡਾ ਥੱਲੇ ਦੁੱਧ ਆ, ਠੀਕ ਆ। ਪਹਿਲਾਂ ਬੱਚੀ ਚੌਗੀ ਚੌਗੀ ਆ। ਲਓ ਵੀ ਦੋਸਤੋ, ਮੂੰਹੋਂ ਚੌਗੀ ਆ, ਮੂੰਹੋਂ 4 ਦੰਦ, ਤੇ ਦਿਨ ਕਿੰਨੇ ਦੱਸਦੇ ਆ? ਦਿਨ ਹੋ ਗਏ 15 ਤੋਂ 20 ਲਾ ਦਿਓ। 15 ਤੋਂ 20 ਕੁ ਦਿਨ, ਮਗਰ ਵੱਛੀ ਆ, ਬਿਲਕੁਲ ਬਰਾਊਨ ਤੇ ਵਾਈਟ ਦਾ ਕੰਬੀਨੇਸ਼ਨ ਜੇ ਆ, 2 ਕਲਰ ਦੇ ਵਿੱਚ ਮਗਰ ਵੱਛੀ ਆ, ਫੀਮੇਲ। 20 ਕੁ ਦਿਨ ਤੁਸੀਂ ਆਈਡੀਆ ਮੰਨ ਲਿਓ, ਤੇ 15 ਕਿਲੋ ਦੁੱਧ ਜਿਹੜਾ ਇਹਦੇ ਥੱਲੇ ਹਾਜ਼ਰ ਆ, ਠੀਕ ਆ ਜੀ। ਸੋ ਬਾਕੀ ਆਹ ਜਿਹੜੀ ਆਰਡਰ ਕੁਆਲਿਟੀ ਆ,
ਸੋ ਬਾਕੀ ਇੱਕ ਵਾਰੀ ਥਣ ਤੁਹਾਨੂੰ ਜ਼ਰੂਰ ਇੱਕ ਵਾਰੀ ਨੇੜੇ ਤੋਂ ਦਿਖਾਉਂਦੇ ਹਾਂ, ਠੀਕ ਆ ਜੀ। ਥੋੜ੍ਹਾ ਜਿਹਾ ਬੱਚੇ ਦੇ ਕੋਲ ਬੰਨਣ ਕਰਕੇ ਜਿਹੜੇ ਦੋਸਤੋ ਵਗਦੇ ਪਏ ਥਣ, ਵੈਸੇ ਵੀ ਚੁਬਾਈ ਤੋਂ ਓਵਰ ਹੋਈ ਪਈ ਆ, ਕੋਈ 2-2.5 ਘੰਟੇ ਓਵਰ ਹੋਈ ਪਈ ਆ, ਕਿਉਂਕਿ 7:30 ਕੋਈ 6-7 ਵਜੇ ਜਿਹੜੀ ਆ ਚੁਬਾਈ ਵੀਰਾਂ ਦਾ ਵੀ ਇਹਨਾਂ ਪਸ਼ੂਆਂ ਦੀ ਹੁੰਦੀ ਆ, ਠੀਕ ਆ। ਸੋ ਬਾਕੀ ਕੋਈ ਵੀਰ ਆਵੇ ਆਪਦੀ ਨਰਕ ਪਰਖ ਕਰੋ, 2 ਟੰਗ ਚੋਲੋ, 3 ਡੰਗ ਚੋਲੋ, ਤੁਹਾਡਾ ਹੱਕ ਬਣਦਾ, ਰਿਸਪੋਂਸੀਬਿਲਟੀ ਸਮਝ ਕੇ ਆਪਣੀ ਤਸੱਲੀ ਤੁਸੀਂ ਕਰ ਲਿਓ, ਠੀਕ ਆ। ਅਤੇ ਖੋਲ੍ਹ ਕੇ ਜੁਬਨ ਭਾਈ ਦਿਖਾ ਦਿਓ, ਇਹਨੂੰ ਤੋਰ ਦਿਓ। ਇਹ ਕੋਈ ਵੀਰ ਆਪਦਾ 2 ਟਾਈਮ ਨਰਕ ਪਰਖ ਕਰਕੇ ਤਸੱਲੀ ਕਰਕੇ ਕਲੀਅਰ ਕਰ ਲਿਓ, ਠੀਕ ਆ। ਬਾਕੀ ਥਣ ਚੱਡੇ ਦੀ ਬਹੁਤ ਸੋਹਣੀ ਹੈ, ਚੌਰਸ ਜਿਹਾ ਲੇਵਾ, ਠੀਕ ਆ। ਅਗਾਂਹ ਨੂੰ ਵੀ ਦੋਸਤੋ ਲੇਵਾ ਉਹਨਾਂ ਕੇ ਬਿਲਕੁਲ ਫਿਕਸ ਜਿਹਾ ਆਰਡਰ ਆ ਵੱਛੀ, ਕਿਉਂਕਿ ਪਹਿਲਾਂ ਨਾ ਇਹ ਸੂਈ ਆ, ਪਹਿਲਾਂ ਸੂਆ ਸੂਈ ਆ, ਮੂੰਹੋਂ ਚੌਕੀ ਆ 4 ਦੰਦਾਂ, ਨਵੀਂ ਵੱਛੀ ਆ, ਦੰਦਾਂ ਦੇ ਵਿੱਚ ਆ, ਠੀਕ ਆ। ਅਤੇ ਹਾਈਟ ਜਿਹੜੀ ਆ ਬਿਲਕੁਲ ਮੀਡੀਅਮ ਹਾਈਟ ਤੁਸੀਂ ਮੰਨ ਸਕਦੇ ਜੇ। ਲਿਓ ਜੀ, ਲਿਓ ਆ ਲਓ, ਲਓ ਜੀ, ਠੀਕ ਆ। ਅਤੇ ਭਿੰਦੇ ਵੀਰ ਕਿੰਨੀ ਕੁ ਡਿਮਾਂਡ ਫਿਰ, ਕੀ ਇਹਦਾ ਮੁੱਲ ਰੱਖਿਆ? 41,000, ਠੀਕ ਆ ਜੀ। ਲਓ ਵੀ ਦੋਸਤੋ, 41,000 ਇਸ ਵੈਟ ਦੀ ਜਿਹੜੀ ਇਸ ਵੱਛੀ ਦੀ ਮੰਗ ਆ, ਲੈਣ ਦੇਣ ਵਾਲੀ ਗੱਲਬਾਤ। ਸੋ ਮਗਰ ਵੱਛੀ ਆਪ ਵੀ ਵੱਛੀ ਆ, ਮੂੰਹੋਂ ਦੰਦਾਂ ਦੇ ਵਿੱਚ ਤੁਹਾਨੂੰ ਦੱਸ ਹੀ ਦਿੱਤਾ ਵੀ 4 ਦੰਦ, ਠੀਕ ਆ, ਹਾਈਟ ਸੋਹਣੀ ਆ, ਠੀਕ ਆ। ਬਾਕੀ ਹਜੇ ਵਧਣਾ ਵਧਣਾ ਵੱਛੀ ਨੇ ਪੂਰੀ ਜਵਾਨ ਹੋਣ ਤੱਕ, ਬਿਲਕੁਲ। ਲਓ ਵੀ ਦੋਸਤੋ, ਇਹ ਹੋ ਗਈ ਪਹਿਲੀ। ਅਗਲੇ ਦੂਜੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਵੈੜ ਆ, ਅੱਛਾ, ਅੱਜ ਦਿਨ ਕਿੰਨੇ ਹੋ ਗਏ ਸੂਈ ਨੂੰ? ਸੂਈ ਨੂੰ ਮਹੀਨਾ ਹੋ ਗਿਆ, ਮਹੀਨਾ, ਠੀਕ ਆ ਜੀ, ਮਹੀਨੇ ਦੇ ਕਰੀਬ ਹੋ ਗਏ, 2 ਦਿਨ ਵੱਧ ਹੋ ਸਕਦੇ, ਘੱਟ ਹੋ ਸਕਦੇ, ਠੀਕ ਆ ਜੀ। ਲਓ ਜੀ, ਮਹੀਨੇ ਦੇ ਬਿਲਕੁਲ ਨੇੜੇ ਤੇੜੇ ਸਮਾਂ ਹੋ ਗਿਆ, ਬੱਚਾ ਸੀਗਾ ਤੇ ਬੱਚਾ ਆਪਣੇ ਬਿਲਕੁਲ ਆਪਣੇ ਘਰੇ ਮਰਿਆ ਇਹਦਾ, ਹਾਂਜੀ ਆਪਣੇ ਘਰੇ ਗਿਆ ਤਾਂ ਵੀਡੀਓ ਬਣੀ ਆ, ਠੀਕ ਆ ਜੀ। ਸੋ ਬੱਚਾ ਸੀ ਦੋਸਤੋ, ਬੱਚਾ ਮਰ ਗਿਆ, ਚਲੋ ਕਾਰਨ ਕੋਈ ਵੀ ਹੋਵੇ, ਤੇ ਮਹੀਨਾ ਕੁ ਸਮਾਂ ਹੋ ਗਿਆ ਸੂਈ ਨੂੰ, ਸੁਬਾਹ ਕੋਈ ਤੀਜਾ ਹੋਊਗੀ ਕਿ ਸੁਬਾਹ ਤਾਂ ਦੂਸਰਾ ਆ ਜੀ, ਅੱਛਾ, ਬਾਕੀ ਕੋਈ ਤੀਸਰਾ ਸਮਝ ਲਿਆ ਆਪਾਂ ਆਪਣੀ ਸਮਝ ਆ, ਠੀਕ ਆ ਜੀ, ਚਲੋ ਕੋਈ ਤੀਜਾ ਸਮਝ ਲਿਆ, ਅੱਗੇ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ। ਤੇ ਦੋਧੇ ਦੇ ਥੱਲੇ ਹੁਣ ਕਿੰਨਾ ਚਵਾ ਦਾਂਗੇ ਆਪਾਂ? ਇੱਥੇ ਵੀਰ ਜੀ ਆਪਣੇ ਘਰੇ ਕੋਈ ਚੋਗੇ 11 ਕਿਲੋ ਦੁੱਧ ਚਵਾ ਦਾਂਗੇ, ਅੱਛਾ, ਹਾਂ ਠੰਡਾ 11 ਕਿਲੋ, 11 ਕਿਲੋ, ਹਾਂਜੀ। ਬਾਕੀ ਇਦਾਂ ਹੋਰ 10 ਕਿਲੋ ਦੀ ਗਾਰੰਟੀ ਦੇ, 1 ਕਿਲੋ ਖੜਦਾ ਤੁਹਾਨੂੰ ਪਾਪ ਉੱਪਰੇ ਸਾਂ ਹੋ ਜਾਂਦਾ ਜੀ, ਬਿਲਕੁਲ ਲਿਆਓ ਜੀ, ਲਿਆਓ। ਸੋ 11 ਕਿਲੋ ਦੁੱਧ ਇਹਦੇ ਥੱਲੇ ਦੋਸਤੋ ਹੁਣ ਮੌਜੂਦ ਆ, ਅਤੇ ਇਸੇ ਤਰ੍ਹਾਂ ਬਿਲਕੁਲ ਪਹਾੜੇ 'ਤੇ, ਥਾਪੀ 'ਤੇ, ਚਾਹੇ ਚਾਟ 'ਤੇ ਵੰਡੇ, ਵੰਗਾਂ ਨਹੀਂ ਪਾਉਂਦੇ, ਠੀਕ ਆ ਜੀ। ਲਓ ਜੀ, ਠੀਕ ਆ। ਸੋ 11 ਕਿਲੋ ਦੁੱਧ ਆ, ਸੁਬਾਹ ਦੋਸਤੋ ਕੋਈ ਤੀਜਾ ਸਮਝ ਲਏ, ਬਾਕੀ ਅੱਗੇ ਹਰ ਇੱਕ ਦੀ ਆਪੋ ਆਪਣੀ ਸਮਝ ਆ ਤੁਹਾਡੀ। ਅਤੇ ਚਾਰੇ ਥਣ ਪੂਰੇ ਪ੍ਰੋਪਰ ਚੱਲਦੇ ਆ, ਵਰਦੇ ਆ ਪੂਰੇ, ਉਹ ਵੀ ਆਪਾਂ ਪੁੱਛ ਲੈਂਦੇ ਹਾਂ ਵੀਰ ਭਿੰਦੇ ਤੋਂ। ਅਤੇ ਬਾਕੀ ਹਾਈਟ ਜਿਹੜੀ ਆ ਮੀਡੀਅਮ ਦਰਮਿਆਨੀ ਹਾਈਟ ਆ, ਸੋ ਕਈ ਵੀਰ ਆਈਡੀਆ ਰੱਖ ਕੇ ਆਉਂਦੇ ਆ, ਠੀਕ ਆ ਜੀ, ਪਸ਼ੂ ਬਾਹਲਾ ਵੱਡਾ, ਇਹ ਮੀਡੀਅਮ ਜੀ ਹਾਈਟ ਆ, ਦਰਮਿਆਨੀ ਹਾਈਟ ਆ, ਠੀਕ ਆ। ਆਹ ਦੇਖੋ ਜੀ, ਉਸ ਅਕੋਰਡਿੰਗ ਰੇਟ ਪੜਤਾ ਵੀਰਾਂ ਦੋਸਤੋ ਬਿਲਕੁਲ ਜਾਇਜ਼ ਹੋਊਗਾ, ਕਿਉਂਕਿ ਬੱਚਾ ਵੀਰਾਂ ਦਾ ਵੀ ਜੇਕਰ ਨਾਲ ਹੁੰਦਾ ਤਾਂ ਥੋੜ੍ਹਾ ਜਿਹਾ ਰੇਟ ਉਹ ਹਿਸਾਬ ਦਾ ਹੋ ਜਾਂਦਾ, ਅਤੇ ਬਿਨ ਬੱਚੇ ਤੋਂ। ਆਹ ਲਓ ਜੀ,
ਅੱਛਾ ਪਿੰਡੇ ਵੀਰ, ਬਾਕੀ ਥਣ ਥੁਣ ਵਧੀਆ ਚੱਲਦੇ? ਚਾਰੇ ਵਧੀਆ ਵੀਰ ਜੀ, ਵਧੀਆ ਐ, ਚਾਰੇ ਬਰਾਬਰ। ਲਓ ਜੀ, ਠੀਕ ਆ। ਤੇ ਇਹਦਾ ਮੁੱਲ ਫਿਰ ਕੀ ਕਰਦੇ ਆ? ਇਹਦਾ ਵੀਰ ਜੀ ਦੇਣ ਵਾਲਾ ਮੈਂ 23,000 ਦੀ ਦੇ ਰਿਹਾ ਜੀ। 23,000 ਦੀ? ਹਾਂ, 23,000 ਦੀ ਦੇ ਰਿਹਾ। ਠੀਕ ਆ ਜੀ। ਸੋ 23,000 ਦੀ ਦੋਸਤੋ ਜਿਹੜੀ ਇਹ ਵੈੜ ਮਿਲ ਜੂਗੀ, ਠੀਕ ਆ। ਦੁੱਧ 11 ਕਿਲੋ ਆ, 23,000 ਦੀ। ਇੱਕ ਲਾਸਟ ਵਿੱਚ ਦੋਸਤੋ, ਬਿਲਕੁਲ ਆਪਾਂ ਤੁਹਾਨੂੰ ਫਸਟਲੀ ਇੱਕ ਜ਼ਿਕਰ ਕੀਤਾ ਸੀਗਾ ਇਸ ਮੱਝ ਦਾ। ਸੋ ਕਾਫੀ ਸੋਹਣਾ ਦੁੱਧ ਇਸ ਮੱਝ ਦੇ ਕੋਲ ਹੁਣ ਹਾਜ਼ਰ ਆ। ਤੇ ਭਿੰਦੇ ਵੀਰ, ਕੀ ਰਿਕਾਰਡ ਇਸ ਮੱਝ ਦਾ? ਸੂਈ ਕਿੰਨੇ ਕੁ ਦਿਨਾਂ ਦੀ ਆ? ਬਿਲਕੁਲ। ਸੋ ਮੱਥਾ ਪੂਛ ਓਵਰਆਲ ਦੋਸਤੋ ਜਿੰਨੀ ਮੱਝ ਪ੍ਰੋਪਰ ਸਾਰੀ ਬਲੈਕ ਆ, ਇੱਕ ਰੰਗ ਕਾਲੀ ਆ। ਤੇ ਸਿੰਘਾ ਸੁੰਘਾ ਦੀ ਬਣਤਰ ਤੁਸੀਂ ਵੇਖੋ, ਥੋੜਾ ਜਿਹਾ ਬੈਕ ਸਾਈਡ ਤੋਂ ਜਾ ਕੇ ਗੁਲਾਈ ਦੇ ਵਿੱਚ ਸਿੰਗ ਕੀਤਾ, ਠੀਕ ਆ। ਅਤੇ ਆਰਡਰ ਦੀ ਕੁਆਲਿਟੀ ਚੰਗੀ ਆ। 16 ਕਿਲੋ ਦੋਸਤੋ ਦੁੱਧ ਵੀਰ ਦੱਸ ਰਿਹਾ, 15 ਦਿਨਾਂ ਦੀ ਸੂਈ ਆ। ਮਗਰ ਬੱਚਾ ਕੱਟਾ? ਮਗਰ ਕੱਟੀ ਹੈ? ਮਗਰ ਕੱਟਾ ਜੀ, ਕੱਟਾ। ਹਾਂਜੀ, ਲਓ ਜੀ, ਠੀਕ ਆ। ਸੋ ਮਗਰ ਕੱਟਾ, ਹਵਾਨਾ ਲੇਵਾ ਦੋਸਤੋ ਵੇਖ ਕੇ ਨੋਰਮਲੀ ਵੀਰਾਂ ਨੇ ਜੱਜਮੈਂਟ ਕਰ ਹੀ ਲੈਣੀ ਆ। ਲੇਵਾ ਦੋਸਤੋ ਜਿੰਨਾ ਕੁ ਗਾਂਹ ਨੂੰ ਬਿਲਕੁਲ ਬਣੀ ਥਣੀ ਹੁਣ, ਉਨਾ ਕੁ ਪਛਾਣ ਵੇਖ ਸਕਦੇ ਹੋ ਤੁਸੀਂ, ਠੀਕ ਆ ਜੀ। ਸਟਰਕਚਰ ਸੋ ਥਣ ਥੁਣ ਦੀ ਕੁਆਲਿਟੀ ਵੀ ਪੂਰੀ ਬਹੁਤ ਸੋਹਣੀ ਆ, ਮੁੱਠੀ ਥਣ। ਅਤੇ ਚਵਾ ਪਸਮਾ ਬਾਕੀ ਐਨ ਵਰਦੀ ਵੁਰਦੀ ਪੂਰੀ ਪੋਲੀ ਆ, ਪੂਰੀ ਪੂਰੀ ਆ। ਕੋਈ ਨਹੀਂ, ਆਪਾਂ ਕਰਾਵਾਂਗੇ ਤਸੱਲੀ। ਲਿਆ ਵੀ ਜੋਬਨ ਬਾਈ, ਖੋਲ੍ਹ ਕੇ ਦਿਖਾ ਦਿਓ, ਤੋਰਦੀ ਇਹਨੂੰ ਵੀ। ਸੋ ਮੱਝ ਹਾਈਟ ਕੱਦ ਦੀ ਵੀ ਜਿਹੜੀ ਦੋਸਤੋ ਪੂਰੀ ਵੱਡੀ ਆ, ਕੋਈ ਛੋਟੀ ਨਹੀਂ, ਚੌੜਾ ਪਿੱਠ ਪੂੜਾ, ਹਾਈਟ ਕੱਦ ਬਹੁਤ ਸੋਹਣੀ ਆ। 16 ਕਿਲੋ ਦੁੱਧ ਬਿਲਕੁਲ, ਜੋਬਨ 6 ਫੁੱਟ ਦਾ ਹੈ ਅਤੇ ਅੱਗੇ ਬਾਕੀ ਦੋਸਤੋ ਤੁਸੀਂ ਆਪ ਦੇਖ ਲਓ, ਠੀਕ ਆ। ਮੱਝ ਵੀ ਕਾਫੀ ਸੋਹਣੀ ਹਾਈਟ ਦੀ ਆ। ਆਹ ਕਰੋ ਚੈੱਕ, ਠੀਕ ਆ। ਅਗਲੇ ਪਿਛਲੇ ਥਣਾਂ ਦੀ ਜਿਹੜੀ ਦੋਸਤੋ ਵਿਰਲ, ਬੇਸ਼ੱਕ ਕੋਈ ਕੋਈ 3-3, 4-4 ਇੰਚ ਹੋਊਗੀ, ਠੀਕ ਆ। ਸੋ ਮਗਰਲੇ ਥਣ ਜਿਹੜੇ ਆ ਬਿਲਕੁਲ ਸਪੇਸ ਕੋਈ 1.5 ਇੰਚ ਦੀ ਆ, ਠੀਕ ਆ। ਅਤੇ ਬਾਕੀ ਦੁੱਧ ਬਹੁਤ ਸੋਹਣਾ ਇਸ ਮੱਝ ਦੇ ਥੱਲੇ ਆ, ਦੱਸਣ ਮੁਤਾਬਕ ਵੀਰ ਦੇ। ਬਾਕੀ ਚਵਾਈ ਇੱਕ ਟਾਈਮ ਤੁਹਾਨੂੰ ਜਿਹੜੀ ਆ ਦੋਸਤੋ ਆਪਾਂ ਤਸੱਲੀ ਵੀ ਕਰਵਾ ਦੇਣੀ ਇਸੇ ਵੀਡੀਓ ਦੇ ਵਿੱਚ। ਸੋ ਪੂਰਾ ਭਰਾ ਕੇ ਪੂਰੀ ਚਵਾਈ ਕਰਕੇ ਇਸ ਮੱਝ ਦੀ ਦਿਖਾਈ ਜਾਊਗੀ, ਠੀਕ ਆ। ਆ ਲਓ ਜੀ, ਆ ਲਓ ਜੀ, ਠੀਕ ਆ। ਸੋ ਬਾਕੀ ਥਣ ਥੁਣ ਜਿਹੜਾ ਪ੍ਰੋਪਰ ਤੁਸੀਂ ਆ ਵੇਖ ਸਕਦੇ ਜੀ, ਮੋਟਾ ਥਾਣਾ ਬਿਲਕੁਲ ਮੁੱਠੀ, ਠੀਕ ਆ। ਅੱਛਾ ਭਿੰਦੇ ਵੀਰ, ਫਿਰ ਇਹਦੀ ਡਿਮਾਂਡ ਕੀ ਕੀਤੀ ਆ, ਕੀ ਮੰਗਦੇ ਪਏ ਇਹਦਾ? ਅੱਛਾ ਜੀ, ਇੱਕ ਪੰਜ ਦੀ ਵੀ ਹਾਂ ਨਾਲ ਹੀ ਗੱਲ, ਬਿਲਕੁਲ। ਤੇ ਭਿੰਦੇ ਵੀਰ, 15-16 ਕਿਲੋ, ਤੁਸੀਂ 16 ਕਿਲੋ ਦੁੱਧ ਦੱਸ ਰਹੇ ਤੇ ਵੀ ਥੋੜਾ ਨੀਗਾ ਦੁੱਧ, ਮੱਝ ਕਿਸੇ ਚੰਗੇ ਗੁਣਾਂ ਦੀ ਮਾਲਕ ਆ ਤੇ ਫੇਰ ਹੀ ਆ।
ਗੱਭਣ ਡੰਗਰ ਦਾ ਜਵਾਨ ਦਾ ਦੁੱਧ ਜਿਹੜਾ ਗੱਭਣ ਡੰਗਰ ਐਡਾ ਭਾ 20 ਕਿਲੋ ਜਵਾਨ ਦਾ ਦੁੱਧ ਆ ਇਹ ਤੇ ਥੱਲੇ ਆਪਾਂ ਚਵਾ ਕੇ ਦੇਵਾਂਗੇ ਇਹ ਨਹੀਂ ਏਦਾਂ ਹੀ ਇੱਕ ਤੁਹਾਨੂੰ ਵਪਾਰ ਕਰਦੇ ਨੇ ਇੱਕ ਤਾਂ ਵਪਾਰੀਆਂ ਦੀ ਭਾਸ਼ਾ ਹੁੰਦੀ ਹੈ ਵੀ ਜੇ 12 13 ਤੇ ਚਲੋ 15 16 ਕਹਿ ਦਈਏ ਉਹ ਤਾਂ ਜਵਾਨ ਦਾ ਹੋ ਗਿਆ ਹਾਂ ਇਹ ਜਵਾਨ ਦਾ ਦੁੱਧ ਨਹੀਂਗਾ ਅੱਛਾ ਜੀ ਇਹ ਮੰਨ ਲਓ ਹੁਣ ਟਾਈਮ ਕੋਈ ਨੋਟ ਕਰ ਲਿਆ ਹੁਣ ਆਪਾਂ ਚੋਦਨੇ ਆ ਤੁਹਾਡੇ ਵੀਡੀਓ ਤੇ ਵੀਡੀਓ ਚੋਦਨੇ ਆ ਸਹੀ ਆ ਤੇ ਕਾਲਾਂ ਨੂੰ ਆਪਦੀ ਖਾਲੀ ਆ ਕਰ ਦਿਨੇ 6 ਤੁਸੀਂ ਆ ਗਏ ਜਦ ਮੱਝ ਚੋਦ ਟਾਈਮ ਤੋਂ ਟਾਈਮ ਬੰਨ ਕੇ ਸ਼ਾਮ ਨੂੰ ਆ ਕੇ ਖਾਲੀ ਕਰ ਜੇ ਹਾਂ ਤੇ ਭਲ ਕੇ 6 ਵਜੇ ਆ ਜੇ 6 ਵਜੇ ਸ਼ਾਮ ਨੂੰ ਚੋਦ ਲਓ ਵੀ ਦੋਸਤੋ ਪਸ਼ੂ ਤਕਰੀਬਨ ਹੁੰਦੇ ਆ ਨਿਕਲਦੇ ਆ ਪਸ਼ੂ ਚੰਗੀ ਮਿਲਕਿੰਗ ਵਾਲੇ ਪਸ਼ੂ ਨਿਕਲਦੇ ਆ ਸੋ ਮੇਰਾ ਵੀਰ ਜਿਹਨੇ ਵੀ ਤਸੱਲੀ ਕਰਨੀ ਆਪਦੀ ਘਰ ਆਣ ਕੇ ਕਰ ਲਿਓ ਬਾਕੀ ਇਹਦੀ ਚਵਾਈ ਇੱਕ ਟਾਈਮ ਦੀ ਆਪਾਂ ਤੁਹਾਨੂੰ ਜ਼ਰੂਰ ਦਿਖਾ ਦੇਣੀ ਆ ਪੂਰੀ ਵੀਡੀਓ ਦੇ ਵਿੱਚ ਤੇ ਭਿੰਦੇ ਵੀਰ ਇੱਕ 5 ਦੀ ਹਾਨ ਆ ਹਾਨ ਆ
ਤੇ ਨੰਬਰ ਬੋਲ ਕਰ ਲੋ ਕੋ 150 ਕਰੀ ਜਾ 30 ਕਰੀ ਜਾ ਕੀ ਫਾਇਦਾ ਆ ਹਾਂਜੀ ਤੇ ਨੰਬਰ ਬੋਲ ਦਿਓ ਆਪਣੇ ਨੰਬਰ ਵੀਰ ਜੀ ਮੇਰੇ ਕੋ 9591 ਹਾਂਜੀ 75512 ਠੀਕ ਹੈ ਜੀ ਬਾਕੀ ਉਹ ਸਾਹਮਣੇ ਲਿਖੇ ਲਓ ਜੀ ਲਓ ਵੀ ਦੋਸਤੋ ਇਹ ਨੰਬਰ ਆ ਵੀਰ ਪਿੰਦੇ ਦੇ ਠੀਕ ਹੈ ਜੀ ਪਿੰਦਾ ਵੀਰ ਪੂਨੀ ਵਾਲਾ ਠੀਕ ਹੈ ਜੀ 9591 23512 ਠੀਕ ਆ ਇਹ ਨੰਬਰਾਂ 'ਤੇ ਤੁਸੀਂ ਕਾਲ ਕਰ ਲਿਓ ਅਤੇ ਪਿੰਡ ਪੂਨੀਆਂ ਤੁਸੀਂ ਖਾਸ ਵਿਜਿਟ ਕਰਨੀ ਆ ਬਿਲਕੁਲ ਨੇੜੇ ਕਰਿਆਲਾ ਸੋ ਇਹ ਤਿੰਨ ਪਸ਼ੂ ਆ ਤਿੰਨੇ ਪਸ਼ੂ ਆਪਣੀ ਨਰਖ ਪਰਖ ਕਰਕੇ ਤਸੱਲੀ ਤੁਸੀਂ ਕਰ ਸਕਦੇ ਜੇ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।